ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ITI ਵਿਖੇ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਜ਼ਿਲ੍ਹੇ ਭਰ ਤੋਂ ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਲੇਖਕ ਦਲਜੀਤ ਸਿੰਘ ਸ਼ਾਹੀ ਨੇ ਕਹਾਣੀ ਸੰਗ੍ਰਹਿ ਦੀ ਪੁਸਤਕ ਝਰੀਟਾਂ ਉੱਪਰ ਵਿਚਾਰ ਗੋਸ਼ਟੀ ਕਰਵਾਈ, ਜਿਸ ਸੰਬੰਧੀ ਲੇਖਕਾਂ ਅਤੇ ਪਾਠਕਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਜਿਸ ਤੋਂ ਬਾਅਦ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੇਖਕ ਨੇ ਦੱਸਿਆ ਕਿ ਉਸ ਦੀ ਪੁਸਤਕ ਵਿਚਲੀਆਂ ਕਹਾਣੀਆਂ ਸਮਾਜ ਦੇ ਅਲੱਗ ਅਲੱਗ ਵਿਸ਼ਿਆਂ ਉੱਪਰ ਆਧਾਰਿਤ ਨੇ। ਉਹਨਾਂ ਦੱਸਿਆ ਕਿ ਮਾਲਵਾ ਸਾਹਿਤ ਸਭਾ ਵੱਲੋਂ ਕਰਵਾਇਆ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਸ ਰਾਹੀਂ ਉਹਨਾਂ ਨੂੰ ਸਾਹਿਤ ਬਾਰੇ ਹੋਰ ਜਾਣਕਾਰੀ ਮਿਲਦੀ ਹੈ। ਮਾਲਵਾ ਸਾਹਿਤ ਸਭਾ ਬਰਨਾਲਾ ਨੇ ਮੇਰੀ ਕਹਾਣੀਆਂ ਦੀ ਕਿਤਾਬ ਹੈ ਜਿਹੜੀ, ਉਹਦੇ 'ਤੇ ਗੋਸ਼ਟੀ ਅੱਜ ਹੋਈ ਆ। ਬੜੇ ਵਿਦਵਾਨ ਦੋਸਤਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਇਹ ਜਿਹੜੀ ਮੇਰੀ ਕਿਤਾਬ ਹੈ ਕਹਾਣੀਆਂ ਦੀ ਝਰੀਟਾਂ, ਇਹਦੇ ਵਿੱਚ 10 ਕਹਾਣੀਆਂ ਨੇ ਔਰ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਕਹਾਣੀਆਂ ਨੇ। ਉਹਦੇ ਉੱਪਰ ਬੜੀ ਰੱਜ ਕੇ ਚਰਚਾ ਹੋਈ ਅਤੇ ਮੈਂ ਸਾਰੀ ਮਤਲਬ ਜਿਹੜੀ ਮਾਲਵਾ ਸਾਹਿਤ ਸਭਾ ਹੈਗੀ ਆ ਉਹਦਾ ਧੰਨਵਾਦੀ ਵੀ ਹਾਂ ਕਿ ਲੋਕਾਂ ਦੇ ਵਿੱਚ ਇਹਨਾਂ ਨੇ ਇਸ ਕਿਤਾਬ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਅੱਜ ਮਾਲਵਾ ਸਾਹਿਤ ਸਭਾ ਰਜਿਸਟਰਡ ਬਰਨਾਲਾ ਵੱਲੋਂ ਦਲਜੀਤ ਸਿੰਘ ਸ਼ਾਹੀ ਦੇ ਕਹਾਣੀ ਸੰਗ੍ਰਹਿ ਝਰੀਟਾਂ ਉੱਪਰ ਗੋਸ਼ਟੀ ਕਰਵਾਈ ਗਈ ਹੈ। ਡਾਕਟਰ ਭੁਪਿੰਦਰ ਸਿੰਘ ਬੇਦੀ ਜੀ ਨੇ ਪਰਚਾ ਪੜ੍ਹਿਆ ਅਤੇ ਬਹੁਤ ਵਧੀਆ ਬਹਿਸ ਹੋਈ ਹੈ। ਇਸ ਤੋਂ ਇਲਾਵਾ ਅਦਵੀ ਸਾਂਝ ਦਾ ਨਵਾਂ ਅੰਕ ਅਤੇ ਮਿਊਜ਼ਿਕ ਪਾਵਰ ਦਾ ਨਵਾਂ ਅੰਕ ਜਿਹੜਾ ਹੈ ਉਹ ਲੋਕ ਅਰਪਣ ਕੀਤਾ ਗਿਆ। ਮਾਲਵਾ ਸਾਹਿਤ ਸਭਾ ਇੱਕ ਉੱਦਮ ਆਦੇਸ਼ ਲੈ ਕੇ ਚੱਲੀ ਹੈ ਕਿ ਨਵੇਂ ਜਿਹੜੇ ਮੁੰਡੇ ਕੁੜੀਆਂ ਨੇ ਉਹਨੂੰ ਇੱਕ ਅਸੀਂ ਪਲੇਟਫਾਰਮ ਦੇਣਾ ਗਾ ਅਤੇ ਅਸੀਂ ਆਪਣੀ ਇਸ ਕੋਸ਼ਿਸ਼ ਦੇ ਵਿੱਚ ਸਫਲ ਹੋ ਰਹੇ ਹਾਂ ਅਤੇ ਪੁਰਾਣੇ ਜਿਹੜੇ ਸਾਹਿਤਕਾਰ ਜਾਂ ਪ੍ਰੌੜ ਸਾਹਿਤਕਾਰ ਨੇ ਉਹਨਾਂ ਦੀਆਂ ਕਿਤਾਬਾਂ ਉੱਤੇ ਗੋਸ਼ਟੀਆਂ ਵੀ ਕਰਵਾਈਆਂ ਜਾ ਰਹੀਆਂ।